ਪੰਜਾਬੀ ਦੇ ਉੱਘੇ ਕਵੀ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਯਾਦ ਦੇ ਵਿੱਚ ਇੱਕ ਅੰਤਰ ਕਾਲਜ ਮੁਕਾਬਲਾ ਪੰਜਾਬੀ ਵਿਭਾਗ ਖਾਲਸਾ ਕਾਲਜ ਫੋਰ ਵੁਮੈਨ ਸਿਵਲ ਲਾਈਨਸ ਵੱਲੋਂ ਕਰਵਾਇਆ ਗਿਆ। ਇਸ ਵਿੱਚ ਵੱਖ ਵੱਖ ਕਾਲਜਾਂ ਦੇ ਸਟੂਡੈਂਟਸ ਦੇ ਹਿੱਸਾ ਲੈ ਕੇ ਪ੍ਰੋਫੈਸਰ ਮੋਹਨ ਸਿੰਘ ਜੀ ਦੀਆਂ ਕਵਿਤਾਵਾਂ ਦੇ ਨਾਲ ਨਾਲ ਆਪਣੀਆਂ ਨਿੱਜੀ ਅਤੇ ਮੌਲਿਕ ਕਵਿਤਾਵਾਂ ਦਾ ਪਾਠ ਵੀ ਕੀਤਾ। ਇਸ ਮੌਕੇ 'ਤੇ ਮੁੱਖ ਮਹਿਮਾਨ ਦੇ ਵਜੋਂ ਪੁੱਜੇ ਡਾਇਰੈਕਟਰ ਯੂਥ ਸਰਵਿਸਿਜ਼ ਪੰਜਾਬ ਡਾਕਟਰ ਨਿਰਮਲ ਜੌੜਾ, ਜਿਨ੍ਹਾਂ ਦਾ ਸਵਾਗਤ ਕਾਲਜ ਦੀ ਪ੍ਰਿੰਸੀਪਲ ਡਾਕਟਰ ਮੁਕਤੀ ਗਿੱਲ ਨੇ ਕੀਤਾ। ਵਿਕਾਸ ਭਾਮਰੀ, ਵਾਇਸ ਆਫ ਏਸ਼ੀਅਨਸ ਦੇ ਨਾਲ ਸੁਖਮਿੰਦਰ ਸਿੰਘ, ਲੁਧਿਆਣਾ। ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੇ ਪਰਿਵਾਰ ਦੇ ਵਿੱਚੋਂ ਮੈਂਬਰ ਇੱਥੇ ਸ਼ਾਮਿਲ ਨੇ। ਮੈਡਮ ਪਰਮਜੀਤ ਪਾਸੀ, ਅੱਜ ਦੇ ਜੱਜ ਸਹਿਬਾਨ, ਮੈਡਮ ਸਿਮਰਜੀਤ ਕੌਰ ਹਿੰਦੀ ਡਿਪਾਰਟਮੈਂਟ ਤੋਂ, ਮੈਡਮ ਗੁੰਦਾਪੁਰੀ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ, ਡਾਕਟਰ ਚਰਨਜੀਤ ਕੌਰ, ਮੈਡਮ ਕਰਮਜੀਤ, ਮੈਡਮ ਕੁਲਦੀਪ ਔਰ ਇਸ ਕਾਲ। ਸੋ ਮੈਂ ਤਿੰਨ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਕਿਸੇ ਆਸ਼ਰਮ ਦੇ ਵਿੱਚ ਕਿਸੇ ਅਮੀਰ ਬੰਦੇ ਨੇ, ਰਾਜੇ ਮਹਾਰਾਜੇ ਨੇ ਆਪਣੇ ਬੱਚਿਆਂ ਨੂੰ ਪੜ੍ਹਨ ਭੇਜਤਾ, ਉਦੋਂ ਅੱਜ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਦੇ ਵਿੱਚ ਖਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨਸ ਲੁਧਿਆਣਾ ਦੇ ਵਿੱਚ ਉਹਨਾਂ ਦੇ ਪਰਿਵਾਰ ਸਾਰਾ ਪਹੁੰਚਿਆ ਹੈ ਅਤੇ ਸਾਰਾ ਪੰਜਾਬ ਦੇ ਕਾਲਜਿਸ ਅਤੇ ਇਸ ਵਿਭਾਗ ਦੇ, ਪੰਜਾਬੀ ਵਿਭਾਗ ਦੇ ਮੁੱਖ ਅਤੇ ਉਹਨਾਂ ਦੇ ਸਾਰੇ ਸਹਿਯੋਗੀ ਅਧਿਆਪਕ ਸਾਹਿਬਾਨ ਅਤੇ ਬੱਚੇ ਇਸ ਯਾਦਗਾਰ ਨੂੰ ਤਾਜ਼ਾ ਕਰ ਰਹੇ ਹਨ, ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਗਾ ਕੇ ਸੁਣਾ ਰਹੇ ਹਨ ਅਤੇ ਯਾਦ ਕਰ ਰਹੇ ਹਨ। ਦੂਸਰੀ ਤਰ੍ਹਾਂ ਸੋਹਣੀ ਲਿਖਾਈ ਦਾ ਵੀ ਮੁਕਾਬਲਾ ਜਾਰੀ ਹੈ ਅਤੇ ਉਹਨਾਂ ਦੇ ਉੱਤੇ ਇੱਕ ਆਪਣੀ ਹੱਥ ਦੀ ਕਲਮ ਦੇ ਨਾਲ, ਜਿਹੜੀ ਸਫਾਈ ਦੇ ਨਾਲ ਅੱਛੀਆਂ ਮੂਰਤਾਂ ਬਣਾਉਣ ਦਾ ਵੀ ਮੁਕਾਬਲਾ ਚੱਲ ਰਿਹਾ ਹੈ। ਇਹ ਤਿੰਨ ਮੁਕਾਬਲੇ ਇਸ ਚੀਜ਼ ਨੂੰ ਯਾਦਗਾਰ ਕਰਦੇ ਹੋਏ ਅਤੇ ਆਨੰਦ ਮਾਣਦੇ ਹੋਏ ਸਾਰੇ ਬੱਚੇ ਬੜੇ ਜੀ ਜਾਨ ਨਾਲ ਇਸ ਨੂੰ ਕਰ ਰਹੇ ਹਨ ਅਤੇ ਇਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਕੁਟਾਨ ਕੁਟਾਨ ਧੰਨਵਾਦ ਹੈ ਕਿ ਸਾਨੂੰ ਇਸ ਦਿਸ਼ਾ ਨੂੰ ਹਿੰਮਤ ਹੌਸਲੇ ਨਾਲ ਅੱਗੇ ਚਲਾਉਣ ਦਾ ਬਲ ਬਖਸ਼ ਰਹੇ ਹਨ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹਰ ਸਾਲ ਇਸ ਚੀਜ਼ ਨੂੰ ਤਾਜ਼ਾ ਕਰਦੇ ਰਹੀਏ ਤਾਂ ਕਿ ਇੱਕ ਬਹੁਤ ਸੋਹਣਾ ਸੁਨੇਹਾ ਜੋ ਸਾਨੂੰ ਦੇ ਕੇ ਗਏ ਨੇ ਅਸੀਂ ਇਹਨੂੰ ਅੱਗੇ ਵਧਾ ਸਕੀਏ ਅਤੇ ਨਵੀਂ ਪੀੜ੍ਹੀ ਨੂੰ ਇਸ ਜਾਣ ਸਕੀਏ ਕਿ ਇਹ ਇੰਨਾ ਵਧੀਆ ਖਜ਼ਾਨਾ ਜੋ ਸਾਡੇ ਕੋਲ ਹੈ, ਅਸੀਂ ਇਹਨੂੰ ਸੰਭਾਲ ਕੇ ਅੱਗੇ ਤੋਰ ਸਕੀਏ ਅਤੇ ਉਹਨਾਂ ਦੇ ਕਹੇ ਹੋਏ ਗੱਲਾਂ 'ਤੇ ਚੱਲ ਸਕੀਏ। ਧੰਨਵਾਦ। ਲੁਧਿਆਣਾ ਦੇ ਮਾਡਲ ਟਾਊਨ ਦੇ ਗੁਰੂ ਨਾਨਕ ਗਰਲਸ ਕਾਲਜ ਦੇ ਵਿੱਚ ਐਨੂਅਲ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ, ਜਿੱਥੇ ਪਾਸ ਆਊਟ ਹੋ ਕੇ ਕਾਲਜ ਤੋਂ ਜਾ ਰਹੀਆਂ ਛਾਤਰਾਵਾਂ ਨੂੰ ਸ਼ੁਭਕਾਮਨਾਵਾਂ ਦੇ ਨਾਲ ਨਾਲ ਡਿਗਰੀਆਂ ਵੀ ਭੇਂਟ ਕੀਤੀਆਂ ਗਈਆਂ। ਇਸ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਸਨ ਪੰਜਾਬ ਦੇ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ, ਜਿਨ੍ਹਾਂ ਦੇ ਨਾਲ ਸ਼ਿਰਕਤ ਕੀਤੀ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨੇ। ਇਸ ਮੌਕੇ 'ਤੇ ਕਾਲਜ ਦੀ ਪ੍ਰਿੰਸੀਪਲ ਡਾਕਟਰ ਚਰਨਜੀਤ ਕੌਰ ਮਾਹਲ ਨੇ ਉਹਨਾਂ ਦਾ ਸਵਾਗਤ ਕੀਤਾ। ਵਿਕਾਸ ਭਾਮਰੀ ਦੇ ਨਾਲ ਸੁਖਮਿੰਦਰ ਸਿੰਘ, ਵਾਇਸ ਆਫ ਏਸ਼ੀਅਨਸ, ਲੁਧਿਆਣਾ।
करके दिखाया है। थोड़े से माण करेगा ये इंस्टीट्यूशन, इस इंस्टीट्यूशन की मैनेजमेंट प्रिंसिपल मैम, जो डिग्री लैंड तो बाद ऐसे ही स्पिरिट के नाल जिंदगी विचरोगे तो अपनी इंस्टीट्यूशन का नाम उच्चा करो। इस इंस्टीट्यूशन जब मैं बाहर आया तो मैं ए महसूस होया मैं अपने परिवार च अज मेहमान बन के आया, क्योंकि बहुत बार पहला बहुत फंक्शंस ते असी इत्थे चीफ गेस्ट नू रिसीव करते थे, ते आज मैं बहुत धन्यवादी हाँ सरदार गुरजीत सिंह होरां दा, मैम प्रिंसिपल दा, सारी विंग्स नू, थोड़े टैलेंट नू तराश के थोनू जिंदगी दियां मुश्किल। मेरा नाम पवनप्रीत कौर है। आज हमें बहुत ज़्यादा खुशी हो रही है क्योंकि हमें गुरु नानक कॉलेज में बीएससी नॉन मेडिकल की डिग्री मिस्टर भरत भूषण आशु कैबिनेट मिनिस्टर के द्वारा मिली है। हमें बहुत ही ज़्यादा खुशी हो रही है। कैसा लग रहा है आपको यहाँ पे? हम बहुत ज़्यादा अच्छा फील कर रहे हैं क्योंकि एक साल के बाद एक तो हम सभी इकट्ठा हुए हैं और हमें वापस हमारी डिग्री मिल रही है। मेरा नाम प्रियंका है और आज हमें डिग्री मिली, हमें बहुत ही खुशी महसूस हो रही है और हमें डिग्री हमारे प्रिंसिपल चरणजीत सिंह माहल और कैबिनेट मंत्री भरत भूषण आशु द्वारा सम्मानित किया गया है और हमें बहुत ही खुशी महसूस हो रही है। आज इस बात की खुशी हो रही है कि हम बहुत एक साल के बाद सब दोस्त अच्छे से मिले हैं, इकट्ठा हुए हैं, तो बहुत ही ज़्यादा खुशी महसूस हो रही है। मैं इन फ्यूचर मैं अभी एमएससी मैथ्स कर रही हूँ इसी कॉलेज में और नेक्स्ट इस कॉलेज में ही प्रोफेसर बनना चाहूँगी। वर्ल्ड मिल्क डे नू मद्देनज़र रखदिया अमूल दे वल्लों एक बाइक रैली करवाई गई जिसका मेन मोटिव सी कि लोगों नू दुध ते दुध दे बने हुए प्रोडक्ट्स के नाल जानू करवाइए ते उन्हां दे नाल उन्हां दा प्यार ते दिलचस्पी वधे ताकि उन्हां नू अच्छी सेहत मिल सके। विकास पामरी दे नाल सुखविंदर सिंह, वॉइस ऑफ एशियंस, लुधियाना। सर जिहड़ी अज बाइक रैली पहुंची इत्थे की उपलक्ष्य दे विच कड्ढी गई है? देखो इदां 26 नवंबर नू डॉक्टर वर्गिस कुरियन जिहड़े कि हिंदुस्तान दे वाइट रेवोल्यूशन दे जनक मन्ने जांदे ने उन्हां दा जन्मदिन है। वह पूरे हिंदुस्तान च एज नैशनल मिल्क डे सैलीब्रेट किया जाता है। जिदा तुहानू पता होगा अज तो 30-40 साल पहला इंडिया च दुध की बहुत घाट सी, सानू आपां फॉरन ते डिपेंड सीए अपनी मिल्क रिक्वायरमेंट्स ਲਈ। ਲੇਕਿਨ ਡਾਕਟਰ ਵਰਗਿਸ ਕੁਰੀਅਨ ਨੇ ਜਿਹੜਾ ਆਨੰਦ ਮਾਡਲ ਸ਼ੁਰੂ ਕੀਤਾ, ਕੋਆਪਰੇਟਿਵ ਮੂਵਮੈਂਟ ਸ਼ੁਰੂ ਕੀਤੀ, ਜਿਸ ਦੇ ਬਾਅਦ ਅਮੂਲ ਦਾ ਆਗਾਜ਼ ਹੋਇਆ। ਉਸ ਅਮੂਲ ਦੇ ਮਾਡਲ 'ਤੇ ਹੀ ਵੇਰਕਾ, ਵੀਟਾ, ਹੋਰ ਕੋਆਪਰੇਟਿਵ ਇੰਡੀਆ 'ਚ ਡਿਵੈਲਪ ਹੋਏ ਅਤੇ ਇੰਡੀਆ ਅੱਜ ਦੀ ਡੇਟ ਵਿੱਚ ਸੈਲਫ ਮਿਲਕ ਦੀ ਪ੍ਰੋਡਕਸ਼ਨ ਵਿੱਚ ਸੈਲਫ ਸਫੀਸ਼ੀਐਂਟ ਹੀ ਨਹੀਂ ਬਲਕਿ ਆਪਾਂ ਇਸ ਵੇਲੇ ਮਿਲਕ ਅਤੇ ਮਿਲਕ ਪ੍ਰੋਡਕਟਸ ਐਕਸਪੋਰਟ ਵੀ ਕਰ ਰਹੇ ਹਾਂ। ਉਹੀ ਮੈਂ ਦੱਸ ਰਿਹਾ ਹਾਂ ਕਿ ਉਹਨਾਂ ਦਾ ਇਹ ਜਿਹੜਾ ਨੈਸ਼ਨਲ ਮਿਲਕ ਡੇ ਸੈਲੀਬ੍ਰੇਟ ਕਰਨ ਲਈ ਇਸ ਸਾਲ ਅਮੂਲ ਨੇ ਦੋ ਬਾਈਕ ਰੈਲੀਜ਼ ਦਾ ਆਯੋਜਨ ਕੀਤਾ ਹੈਗਾ। ਇੱਕ ਬਾਈਕ ਰੈਲੀ ਕੱਲ੍ਹ ਜੰਮੂ ਤੋਂ ਚੱਲੀ ਹੈ ਜਿਹੜੀ 26 ਤਰੀਕ ਨੂੰ ਜਿਹੜਾ ਕਿ ਉਹਨਾਂ ਦਾ ਜਨਮਦਿਨ ਹੈ ਅਮੂਲ ਦੇ ਹੈੱਡਕੁਆਰਟਰ ਆਨੰਦ ਪਹੁੰਚੇਗੀ। ਕੱਲ੍ਹ ਉਹ ਅੰਮ੍ਰਿਤਸਰ ਪਹੁੰਚੇ ਨੇ, ਸਵੇਰੇ ਅੰਮ੍ਰਿਤਸਰ ਤੋਂ ਚੱਲ ਕੇ ਅੱਜ ਸਾਡੇ ਕੋਲ 30 ਬਾਈਕਰ ਲੁਧਿਆਣਾ ਪਹੁੰਚੇ ਹੈ ਜਿਨ੍ਹਾਂ ਦਾ ਆਪਾਂ ਤੁਹਾਡੇ ਸਾਹਮਣੇ ਬਹੁਤ ਅੱਛਾ ਸਵਾਗਤ ਕੀਤਾ ਹੈ। ਸਾਡੀ ਵੈਲ ਵਿਸ਼ਿਸ ਉਹਨਾਂ ਨਾਲ ਹੈ ਕਿ ਉਹ ਅੱਗੇ ਜਾਣਗੇ, ਇੱਥੋਂ ਚੰਡੀਗੜ੍ਹ, ਹਰਿਆਣਾ, ਰਾਜਸਥਾਨ ਕਵਰ ਕਰਦੇ ਹੋਏ 26 ਤਰੀਕ ਨੂੰ ਆਨੰਦ ਪਹੁੰਚਣਗੇ। ਕੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਮੈਸੇਜ ਦੇਣ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਕਿ ਜੋ ਰੋਲ ਮਾਡਲ ਡਾਕਟਰ ਵਰਗਿਸ ਕੁਰੀਅਨ ਨੇ ਆਪਣੀ ਜਨਰੇਸ਼ਨ ਲਈ ਇਹ ਸੈੱਟ ਕੀਤਾ ਸੀ, ਸ਼ਾਇਦ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਦੇ ਕੰਟਰੀਬਿਊਸ਼ਨ ਨੂੰ ਨਹੀਂ ਜਾਣਦੀ ਹੈਗੀ। ਅਤੇ ਇਸ ਬਾਈਕ ਰੈਲੀ ਰਾਹੀਂ ਆਪਾਂ ਅੱਜ ਦੇ ਯੂਥ ਦੇ ਵਿੱਚ, ਅੱਜ ਦੀ ਆਵਾਮ ਦੇ ਵਿੱਚ ਉਹਨਾਂ ਦਾ ਜੋ ਕੰਟਰੀਬਿਊਸ਼ਨ ਹੈ, ਉਹਨਾਂ ਦੀ ਜਿਹੜਾ ਯੋਗਦਾਨ ਹੈ, ਉਹ ਇੱਕ ਵਾਰੀ ਫਿਰ ਦੱਸਣਾ ਚਾਹੁੰਦੇ ਹਾਂ ਕਿ ਬਈ ਕਿਸ ਤਰ੍ਹਾਂ ਉਹਨਾਂ ਨੇ ਇੰਨਾ ਵੱਡਾ ਕੰਮ ਆਪਣੇ ਆਪ ਕੀਤਾ ਤਾਂ ਕਿ ਅੱਜ ਦੀ ਜਨਰੇਸ਼ਨ ਵੀ ਉਹਨਾਂ ਦੇ ਕੰਮ ਬਾਰੇ ਜਾਣ ਸਕੇ। ਲੁਧਿਆਣਾ ਕੇ ਪੁਲਿਸ DAV ਸਕੂਲ ਮੈਂ ਰਹਾ ਸ਼ਾਨਦਾਰ ਆਯੋਜਨ ਸਾਇੰਸ ਮੇਲੇ ਕਾ। ਇਸ ਮੌਕੇ ਪਰ ਵਿਭਿੰਨ ਕਕਸ਼ਾਓਂ ਕੇ ਛਾਤਰ ਛਾਤਰਾਓਂ ਨੇ
बहुत खूबसूरती के साथ और बहुत इंटेलिजेंस के साथ अलग अलग विज्ञान के मॉडल्स को बनाया और उनको प्रदर्शित भी किया। स्कूल की प्रिंसिपल डॉक्टर अनु वर्मा ने सभी बच्चों का हौसला बढ़ाया और आए हुए मेहमानों का स्वागत किया। साइंस एग्जीबिशन टुडे वी हैव मेड दिस मॉडल इन ऑर्डर टू शो यू डिफरेंट टेक्निक्स ऑफ क्रॉप प्रोडक्शन। फर्स्टली आई वुड लाइक टू टेल यू अबाउट रबी एंड खरीफ क्रॉप्स। रबी क्रॉप्स आर द विंटर क्रॉप्स ग्रोन इन द मंथ ऑफ नवंबर टू अप्रैल एंड खरीफ क्रॉप्स आर द मॉनसून क्रॉप्स ग्रोन इन द मंथ ऑफ। वेलकम टू आवर साइंस एग्जीबिशन। This is the receiving tank. Here the dirty water of the city is collected. The dirty water contains many microorganisms and dust and other pollutants. This water is poured into the sedimentation tank. Here the water is churned by using machines. This makes the heavier particles settle down. Then the water is poured into the loading tank. Here Viruses are the infectious agents that infect the cell and take over the machinery of the host cell by dividing themselves and by killing the host. Viruses have a protein covering around there, so we can say that viruses can't be killed easily. We can talk about papillomavirus. Papillomavirus is a type of virus that is transferred. Geo plus one science. This is a model of fluid mosaic of cell membrane. It is composed of lipids mainly. The lipids arrangement is bilayer, that polar head towards outside, and the hydrophobic tape inside. In this also proteins and carbohydrates are present. It is a bilayer. And this is isolation of DNA. I used a pouch, banana. I mashed the banana in it, and with the help of few things like hot water, chilled ethanol, I was able to extract that DNA. And its strands is it has a double stranded structure, and the DNA strands are present in this solution. I use chilled ethanol because it helps in precipitation of. Our topic is plastic waste management. We are here representing how plastic can be used efficiently in our daily life. As we all know, nowadays plastic has become a hydraulic lift is a machine which uses hydraulic apparatus to lift heavy objects. It is simply based using the force created by exerting pressure on a liquid. Good morning, sir. My name is Robotic Arm. Thank you.
देवी पब्लिक स्कूल लुधियाना. I am really very happy today that we are organizing a science exhibition, Science Land, in the school. This is to commemorate the birth anniversary of Chandrasekhar. He was a great Indian scientist. तो इसमें इस एग्ज़िबिशन में हमारे क्लास थर्ड से क्लास प्लस टू के बच्चों ने बहुत ही अच्छी एक्टिविटीज़ जो कि कॉन्सेप्ट्स वो क्लास में अपनी बुक्स में पढ़ते हैं उनको एक्सप्लेन करने के लिए साइंस के कॉन्सेप्ट्स थ्रू एक्टिविटीज़ वो शो कर रहे हैं. और इसमें हमने स्कूल के पेरेंट्स को इनवाइट किया है. और इस मौके पर डॉक्टर रमनीक डायरेक्टर स्कूल ऑफ एनिमल बायोटेक्नोलॉजी गुरु अंगद देव वेटनरी यूनिवर्सिटी चीफ गेस्ट हैं. ये ऑलमोस्ट 500 बच्चों ने पार्टिसिपेट किया है फ्रॉम क्लास थर्ड टू क्लास प्लस टू. बच्चों के पेरेंट्स को हम ये मैसेज देना चाहते हैं कि ये चाहे छोटी छोटी जो बच्चों की एफर्ट्स होती हैं इससे एक तो बच्चों का हौसला बढ़ता है और इट इज़ अ काइंड ऑफ इंटरेक्टिव टीचिंग कि खाली बच्चे किताब से ही पढ़कर कॉन्सेप्ट को रट्टा नहीं लगाते. जब वो प्रैक्टिकली हाथ से करते हैं उसकी एग्जीबिशन लगाते हैं तो ये एक लाइफ लॉन्ग कॉन्सेप्ट बच्चे के दिमाग में बैठ जाते हैं. कितने दिन की एग्जीबिशन है ये? आज ही है. इट्स वन डे एग्जीबिशन पर इसके लिए बच्चों ने कम से कम 3-4 हफ्ते पहले काम करना शुरू किया हुआ है और आफ्टर स्कूल आवर्स टीचर्स और बच्चे मिलकर जो है वो स्कूल में ही लेबॉरेटरी में काम करते रहे हैं. और इसमें पेरेंट्स की भी बड़ी कंट्रीब्यूशन है. काफ़ी सारे मॉडल्स और एक्टिविटीज़ इवन पेरेंट्स ने भी बड़ा इंटरेस्ट लेकर घर में बच्चों को हेल्प की है प्रेपरेशन में. कितने